ਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਐਰੀ ਗੋਂਦਪੁਰ ਤੇ ਅੱਜ ਅਸੀਂ ਆਏ ਆ ਪਿੱਪਲਾਂ ਹੁਸ਼ਿਆਰਪੁਰ ਦੀ ਧਰਤੀ ਤੇ ਇਧਰਲੇ ਪਾਸੇ ਡਬਈ। ਕਿਹੜੀ ਕੰਪਨੀ ਭਾਜੀ? ਇੰਟਰਮਾਸ ਦੇ ਮਹਾਨ ਖਿਡਾਰੀ ਅਕਸ਼ੇ ਗੋਂਦਪੁਰ ਜੀ। ਹਾਂਜੀ ਭਾਜੀ, ਕੀ ਕਹਿਣਾ ਚਾਹੋਗੇ ਜੀ? ਬਹੁਤ ਵਧੀਆ ਟੂਰਨਾਮੈਂਟ ਹੈ ਜੀ, ਫਸਟ ਰਾਊਂਡ ਜਿੱਤ ਗਏ ਆ। ਡਬਈ ਦਵਾ ਕੇ ਤੁਹਾਨੂੰ ਕਿੱਦਾਂ ਦਾ ਲੱਗ ਗਿਆ? ਬਹੁਤ ਵਧੀਆ ਜੀ, ਆਪਣੇ ਘਰ ਪਿੰਡ ਆ ਕੇ ਵਧੀਆ ਲੱਗਦਾ। ਪਹਿਲਾ 3 ਟੂਰਨਾਮੈਂਟ ਹਾਰਨ ਦੀ ਵਜ੍ਹਾ ਕੀ ਸੀਗੀ? ਭਾਜੀ ਸਾਡੀ ਫੀਲਡਿੰਗ ਨਹੀਂ ਵਧੀਆ ਪਿੰਡ ਵਾਲਿਆਂ ਦੀ, ਅਤੇ ਬੋਲਿੰਗ ਵੀ ਨਹੀਂ ਅਸੀਂ ਵਧੀਆ ਕਰ ਰਹੇ, ਇਸ ਕਰਕੇ ਅਸੀਂ ਪਹਿਲੇ 3 ਟੂਰਨਾਮੈਂਟ ਕੰਟੀਨਿਊਸਲੀ ਹਾਰੇ ਹਾਂ। ਅਤੇ ਅੱਜ ਪਿੱਪਲਾਂ ਵਾਲੇ ਆਏ ਹਾਂ ਹੁਸ਼ਿਆਰਪੁਰ, ਅਤੇ ਕੀ ਰਣਨੀਤੀ ਅੱਜ, ਕਿੱਦਾਂ ਖੇਡਣਾ, ਕੀ ਕਰਨਾ? ਫਸਟ ਮੈਚ ਤਾਂ ਜੀ ਅਸੀਂ ਜਿੱਤ ਗਏ ਹਾਂ, ਸਾਡੀ ਕੋਸ਼ਿਸ਼ ਇਹੀ ਆ ਟੌਸ ਜਿੱਤ ਕੇ ਬੋਲਿੰਗ ਲਈਏ, ਅਤੇ ਹੈਰੀ ਨੂੰ ਬਿਲਕੁਲ ਟੌਸ ਕਰਨਾ ਬਿਲਕੁਲ ਨਹੀਂ ਭੇਜਣਾ, ਉਹ ਹਮੇਸ਼ਾ ਹਾਰਦਾ ਆ। ਗੋਂਦਪੁਰ ਦੀ ਟੀਮ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਸਿਰਫ ਇੱਕੋ ਹੀ ਬੰਦਾ ਆ ਜਿਹੜਾ ਸਾਨੂੰ ਸਪੋਂਸਰ ਕਰਦਾ, ਜਿਹੜਾ ਪੈਸਾ ਲਾਉਂਦਾ, ਹੋਰ ਕੋਈ ਵੀ ਸਾਡੇ ਪਿੰਡ ਦਾ ਬੰਦਾ ਹੈ ਨਹੀਂ। ਇਹ ਗੱਲ ਪ੍ਰੋਪਰ ਪਾ ਦਿਓ, ਪਿੰਡ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਹੈ, NRI ਜਿਹੜੇ ਹੈਗੇ ਉਹਨਾਂ ਨੂੰ ਥੋੜ੍ਹੀ ਸ਼ਰਮ ਆਉਣੀ ਚਾਹੀਦੀ ਹੈ। ਬਿਲਕੁਲ ਉਹਨਾਂ ਵੀ ਪਾ ਦਿਓ, ਬਿਲਕੁਲ ਸਹੀ ਗੱਲ ਆ ਜੀ। ਅਤੇ ਇੱਧਰਲੇ ਪਾਸੇ ਸਾਡੇ ਦੀਪਕ ਬਾਲੀ ਅਤੇ ਨਾਲ ਵਿਸ਼ਾਲ ਬਾਲੀ, ਜਿਹੜੀ 2-2 ਫੁੱਟ ਬੋਲ ਘੁਮਾ ਦਿੰਦੇ। ਲਓ ਜੀ, ਅੱਜ ਦੁਨੀਆ ਦੇ ਮਹਾਨ ਖਿਡਾਰੀ ਧੁੰਨਾ ਲੁਧਿਆਣਾ ਦੇ ਨਾਲ ਬੋਂਗ ਜੀਵਨਪੁਰ। ਭਾਅ ਜੀ, ਗੋਂਦਪੁਰ ਦੀ ਟੀਮ ਬਾਰੇ ਕੀ ਕਹਿਣਾ ਚਾਹੋਗੇ? ਬਾਕੀ ਹਾਰ ਜਿੱਤ ਗੇਮ ਦਾ ਪਾਰਟ ਆ, ਸੋ ਟੈਨਸ਼ਨ ਨਹੀਂ ਲੈਣੀ, ਵਧੀਆ ਖੇਡਦੇ ਸਾਰੇ। ਇਹ ਆ ਜੀ ਦੁਨੀਆ ਦਾ ਮਹਾਨ ਖਿਡਾਰੀ ਧੰਨਾ ਲੁਧਿਆਣਾ ਇਧਰਲੇ ਪਾਸੇ ਬੋਂਗੋ ਜੀ। ਭਾਜੀ ਕੀ ਕਹਿਣਾ ਚਾਹੋਗੇ ਬਾਵੇ ਭਾਜੀ ਬਾਰੇ? ਟੀਮ ਬਾਰੇ ਪੁੱਛ ਲਾ ਪਹਿਲਾਂ, ਟੀਮ ਬਾਰੇ ਦੱਸ ਦਿਓ ਪਹਿਲਾਂ। ਚਲੋ, ਟੀਮ ਤੁਹਾਡੀ ਬਹੁਤ ਸਟਰੋਂਗ ਆ ਬਾਈ, ਠੀਕ ਆ, ਸਟਰੋਂਗ ਇੱਦਾਂ ਆ, ਮੈਂ ਤੁਹਾਡੇ ਬੰਦੇ ਸਟਰੋਂਗ ਆ, ਟੀਮ ਨਹੀਂ ਸਟਰੋਂਗ ਆ, ਭਾਰੇ ਆ ਤੁਹਾਡੇ ਬੰਦੇ। ਬਾਵੇ ਭਾਜੀ ਬਾਰੇ ਕੀ ਕਹਿਣਾ ਚਾਹੋਗੇ? ਆ ਜਾ ਬਾਵਾ ਭਾਜੀ ਦਾ ਯਾਰ ਪੂਰਾ ਹੱਥ ਆ, ਬੜੀ ਤੁਹਾਡਾ ਕਲਾਸ, ਪੂਰੀ ਵਧੀਆ ਟੀਮ ਲਾਈ ਫਿਰਦਾ। ਅਤੇ ਇੱਧਰਲੇ ਪਾਸੇ ਸ਼ੇਪੂਰੀ ਵਾਲਾ ਕਾਕਾ ਸਾਡਾ ਭਾਜੀ, ਵੱਡਾ ਭਾਜੀ, ਪਿਆਰ ਨਾਲ ਦੁਨੀਆ ਚਾਚਾ ਜੀ ਕਹਿੰਦੀ ਆ। ਭਾਜੀ ਕੀ ਕਹਿਣਾ ਚਾਹੋਗੇ ਗੋਂਦਪੁਰ ਦੀ ਟੀਮ ਬਾਰੇ? ਇੱਧਰਲੇ ਪਾਸੇ ਬਾਵਾ ਭਾਜੀ, ਜੋ ਕਿ ਬੁੱਲੇ ਲੁੱਟ ਮਹਿਕਮੇ ਨੂੰ ਸਪੋਂਸਰ ਕਰਦੇ ਆ ਜੀ। ਸਪੋਂਸਰ ਮੇਨ ਬਈ ਦਲਜੀਤ USA, ਅਕਸ਼ੇ ਦੁਬਈ, ਮੈਂ ਇਹਨਾਂ ਦੇ ਨਾਲ ਆ ਦੋਨਾਂ ਭਰਾਵਾਂ ਦੇ। ਕੀ ਆ ਜੀ, ਸੋ ਦਲਜੀਤ USA ਪੂਰੀ ਸਪੋਰਟ ਹੈ ਯਾਰ। ਸੋ ਇਧਰਲੇ ਪਾਸੇ ਰੌਣਕਾਂ ਲੱਗੀਆਂ ਆ ਜੀ, ਦੁਨੀਆ ਦੇ ਮਹਾਨ ਖਿਡਾਰੀ ਤੇ ਗੋਂਦਪੁਰ ਦੀ ਟੀਮ। ਸੋ ਮਿਲਦੇ ਆ ਜੀ ਅਗਲੇ ਮੈਚ। ਲਓ ਜੀ, ਇਧਰਲੇ ਪਾਸੇ ਚੱਲਦਾ ਹੋਇਆ ਮੈਚ ਨਵੇਂ ਸ਼ਹਿਰ ਦਾ ਫਰੀਦੀ ਭਰਾਵਾਂ ਦੇ ਨਾਲ ਪਿਆਰ ਆ ਜੀ, ਚੱਲਦਾ ਹੋਇਆ ਮੈਚ। ਅਤੇ ਉਧਰਲੇ ਪਾਸੇ ਬੱਲੇ 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 ਸਵਾਦ ਵੱਖਰਾ, ਅਤੇ ਐਨ ਵੇਖਾਂਗੇ ਇੱਧਰਲੇ ਪਾਸੇ ਅਕਸ਼ੇ ਗੋਂਦਪੁਰ ਨਾਲ ਗੋਂਦਪੁਰ ਦੇ ਪਲੇਅਰ, ਔਰ ਉਧਰਲੇ ਪਾਸੇ ਅੱਜ ਦਾ ਟੂਰਨਾਮੈਂਟ 1 ਨੰਬਰ 'ਤੇ ਚੱਲ ਰਿਹਾ ਜੀ। ਜੀ ਅੱਜ ਗੋਂਦਪੁਰ ਦੀ ਟੀਮ ਨੇ ਬਹੁਤ ਟਾਈਮ ਬਾਅਦ ਪੂਲ ਕਲੀਅਰ ਕੀਤਾ, ਇੱਧਰਲੇ ਪਾਸੇ ਫਰੀਦੀ ਭਾਜੀ ਨਾਲ ਮੈਚ ਸੀ, ਭਾਜੀ ਹੁਣੀ ਮੈਚ ਲੂਜ਼ ਕਰ ਗਏ ਸਾਡੇ ਤੋਂ, ਅਤੇ ਆਖੀਏ ਭਾਜੀ ਅੱਜ ਫਿਰ ਅੱਲਾ ਗੁੱਲਾ ਹੋ ਗਿਆ ਵਿਕਟ ਲਈ। ਹਾਂ, ਅੱਜ ਸਾਰੇ ਮੁੰਡਿਆਂ ਨੇ ਬਹੁਤ ਵਧੀਆ ਖੇਡਿਆ ਜੀ। ਸੋ ਹੁਣ ਪਰਸੋਂ ਨੂੰ ਭਾਜੀ ਤੁੰਨੇ ਭਾਜੀ ਨੇ ਬਹੁਤ ਵਧੀਆ ਬੋਲਿੰਗ ਕੀਤੀ ਜੀ, 2 ਵਿਕਟਾਂ ਦੇ ਮਿਡਨ ਓਵਰ, ਅਤੇ ਉਸ ਤੋਂ ਬਾਅਦ ਹੁਣ ਪਰਸੋਂ ਨੂੰ ਕੁਆਟਰ ਮੈਚ ਹੋ ਪਏਗਾ ਜੀ। ਸੋ ਮਿਲਦੇ ਹਾਂ ਜੀ ਪਰਸੋਂ ਨੂੰ, ਧੰਨਵਾਦ। ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰ ਦਿਓ ਜ਼ਰੂਰ। ਮਿਲਦੇ ਹਾਂ ਜੀ ਪਰਸੋਂ ਨੂੰ ਫਿਰ, ਧੰਨਵਾਦ ਜੀ।